ਆਏ ਦਿਨ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ ਇਸ ਦੀ ਉਮਰ 20 ਸਾਲ ਦੀ ਸੀ। ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਨਿਮੋਨੀਆ ਦੇ ਚੱਲਦੇ ਇਸ ਦੀ ਕੈਨੇਡਾ ਦੇ ਵਿੱਚ ਮੌਤ ਹੋਈ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਕੰਮ ਕਰਦਾ ਸੀ। ਸਟੱਡੀ ਵੀਜ਼ੇ 'ਤੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ। ਦੱਸਣ ਦੇ ਮੁਤਾਬਿਕ ਇਹ ਨੌਜਵਾਨ ਬਾਸਕਟਬਾਲ ਦਾ ਚੰਗਾ ਖਿਡਾਰੀ ਸੀ। ਮ੍ਰਿਤਕ ਨੈਸ਼ਨਲ ਪੱਧਰ 'ਤੇ ਕਈ ਮੈਡਲ ਜਿੱਤ ਚੁੱਕਿਆ ਸੀ। 20 ਸਾਲ ਦੀ ਉਮਰ ਸੀ, ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਸੀ ਤਾਂ ਨਿਮੋਨੀਆ ਦੇ ਕਾਰਨ ਬਿਮਾਰ ਹੋ ਗਿਆ। ਬਿਮਾਰ ਹੋਣ ਦੇ ਚੱਲਦੇ ਇਸ ਨੌਜਵਾਨ ਦੀ ਮੌਤ ਹੋ ਗਈ। ਫਰੀਦਕੋਟ ਦੇ ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਸੋ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਮੌਤ ਹੋ ਗਈ। ਬਿਮਾਰ ਹੋਇਆ, ਨਿਮੋਨੀਆ ਹੋ ਗਿਆ, ਇਸੇ ਕਾਰਨ ਨੌਜਵਾਨ ਦੀ ਮੌਤ ਹੋ ਗਈ। ਬਾਸਕਟਬਾਲ ਦਾ ਇੱਕ ਚੰਗਾ ਖਿਡਾਰੀ ਸੀ, ਨੈਸ਼ਨਲ ਪੱਧਰ 'ਤੇ ਕਈ ਇਨਾਮ ਇਸਨੇ ਜਿੱਤੇ ਸੀ ਤਾਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ ਸਟੱਡੀ ਵੀਜ਼ੇ 'ਤੇ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਇਸ ਨੌਜਵਾਨ ਦੀ ਬਿਮਾਰ ਰਹਿਣ ਦੇ ਕਾਰਨ ਮੌਤ ਹੋ ਗਈ। ਆਏ ਦਿਨ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ ਇਸ ਦੀ ਉਮਰ 20 ਸਾਲ ਦੀ ਸੀ। ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਨਿਮੋਨੀਆ ਦੇ ਚੱਲਦੇ ਇਸ ਦੀ ਕੈਨੇਡਾ ਦੇ ਵਿੱਚ ਮੌਤ ਹੋਈ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਕੰਮ ਕਰਦਾ ਸੀ। ਸਟੱਡੀ ਵੀਜ਼ੇ 'ਤੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ। ਦੱਸਣ ਦੇ ਮੁਤਾਬਿਕ ਇਹ ਨੌਜਵਾਨ ਬਾਸਕਟਬਾਲ ਦਾ ਚੰਗਾ ਖਿਡਾਰੀ ਸੀ। ਮ੍ਰਿਤਕ ਨੈਸ਼ਨਲ ਪੱਧਰ 'ਤੇ ਕਈ ਮੈਡਲ ਜਿੱਤ ਚੁੱਕਿਆ ਸੀ। 20 ਸਾਲ ਦੀ ਉਮਰ ਸੀ, ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਸੀ ਤਾਂ ਨਿਮੋਨੀਆ ਦੇ ਕਾਰਨ ਬਿਮਾਰ ਹੋ ਗਿਆ। ਬਿਮਾਰ ਹੋਣ ਦੇ ਚੱਲਦੇ ਇਸ ਨੌਜਵਾਨ ਦੀ ਮੌਤ ਹੋ ਗਈ। ਫਰੀਦਕੋਟ ਦੇ ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਸੋ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਮੌਤ ਹੋ ਗਈ। ਬਿਮਾਰ ਹੋਇਆ, ਨਿਮੋਨੀਆ ਹੋ ਗਿਆ, ਇਸੇ ਕਾਰਨ ਨੌਜਵਾਨ ਦੀ ਮੌਤ ਹੋ ਗਈ। ਬਾਸਕਟਬਾਲ ਦਾ ਇੱਕ ਚੰਗਾ ਖਿਡਾਰੀ ਸੀ। ਨੈਸ਼ਨਲ ਪੱਧਰ 'ਤੇ ਕਈ ਇਨਾਮ ਇਸਨੇ ਜਿੱਤੇ ਸੀ ਤਾਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ ਸਟੱਡੀ ਵੀਜ਼ੇ 'ਤੇ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਇਸ ਨੌਜਵਾਨ ਦੀ ਬਿਮਾਰ ਰਹਿਣ ਦੇ ਕਾਰਨ ਮੌਤ ਹੋ ਗਈ। ਆਏ ਦਿਨ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ, ਹਾਲੇ ਇਸ ਦੀ ਉਮਰ 20 ਸਾਲ ਦੀ ਸੀ। ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਨਿਮੋਨੀਆ ਦੇ ਚੱਲਦੇ ਇਸ ਦੀ ਕੈਨੇਡਾ ਦੇ ਵਿੱਚ ਮੌਤ ਹੋਈ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਕੰਮ ਕਰਦਾ ਸੀ। ਸਟੱਡੀ ਵੀਜ਼ੇ 'ਤੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ। ਦੱਸਣ ਦੇ ਮੁਤਾਬਿਕ ਇਹ ਨੌਜਵਾਨ ਬਾਸਕਟਬਾਲ ਦਾ ਚੰਗਾ ਖਿਡਾਰੀ ਸੀ। ਮ੍ਰਿਤਕ ਨੈਸ਼ਨਲ ਪੱਧਰ 'ਤੇ ਕਈ ਮੈਡਲ ਜਿੱਤ ਚੁੱਕਿਆ ਸੀ। 20 ਸਾਲ ਦੀ ਉਮਰ ਸੀ, ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ 'ਤੇ ਗਿਆ ਹੋਇਆ ਸੀ ਤਾਂ ਨਿਮੋਨੀਆ ਦੇ ਕਾਰਨ ਬਿਮਾਰ ਹੋ ਗਿਆ। ਬਿਮਾਰ ਹੋਣ ਦੇ ਚੱਲਦੇ ਇਸ ਨੌਜਵਾਨ ਦੀ ਮੌਤ ਹੋ ਗਈ। ਫਰੀਦਕੋਟ ਦੇ ਕੋਟਕਪੂਰਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ। ਸੋ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਦੇ ਵਿਨੀਪੈਗ ਦੇ ਵਿੱਚ ਮੌਤ ਹੋ ਗਈ। ਬਿਮਾਰ ਹੋਇਆ, ਨਿਮੋਨੀਆ ਹੋ ਗਿਆ, ਇਸੇ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਬਾਸਕਟਬਾਲ ਦਾ ਇੱਕ ਚੰਗਾ ਖਿਡਾਰੀ ਸੀ। ਨੈਸ਼ਨਲ ਪੱਧਰ 'ਤੇ ਕਈ ਇਨਾਮ ਇਸਨੇ ਜਿੱਤੇ ਸੀ ਤਾਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਦੇ ਵਿੱਚ ਗਿਆ ਸੀ ਸਟੱਡੀ ਵੀਜ਼ੇ 'ਤੇ। ਕੈਨੇਡਾ ਦੇ ਵਿਨੀਪੈਗ ਦੇ ਵਿੱਚ ਇਸ ਨੌਜਵਾਨ ਦੀ ਬਿਮਾਰ ਰਹਿਣ ਦੇ ਕਾਰਨ ਮੌਤ ਹੋ ਗਈ।